ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਦੇਸ਼ ਤੇ ਵਿਦੇਸ਼ ਤੋਂ ਪੁੱਜਣ ਵਾਲੀ ਸੰਗਤ ਨੂੰ ਯਾਤਾਯਾਤ ਸੰਬੰਧੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਆਸਾਨੀ ਦੇ ਨਾਲ ਇੱਥੇ ਪੁੱਜ ਸਕਣ, ਇਸ ਦੇ ਉਦੇਸ਼ ਦੇ ਨਾਲ ਸੂਬਾ ਸਰਕਾਰ ਨੇ ਵਿਸ਼ੇਸ਼ ਮੋਬਾਈਲ ਐਪ ਪ੍ਰਕਾਸ਼ ਪੁਰਬ 550 ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਲਾਂਚ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਵਿੱਚ ਕੀਤੀ। ਇਸ ਮੌਕੇ ਤੇ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਜ਼ਿਲ੍ਹਾ ਕਪੂਰਥਲਾ ਡਿਪਟੀ ਕਮਿਸ਼ਨਰ DPS ਖੜਬੰਦਾ ਨੇ ਮੀਡੀਆ ਦੇ ਨਾਲ ਖਾਸ ਗੱਲਬਾਤ ਕੀਤੀ। ਅੱਜ ਬਿਲਕੁਲ ਜਿਹੜੀ ਐਪ ਲਾਂਚ ਕੀਤੀ ਆ ਉਹਦੇ 'ਤੇ RD ਸਾਹਿਬ ਨੇ ਤੁਹਾਨੂੰ ਸਾਰਾ ਦੱਸਿਆ ਵੀ ਹਰ ਸਹੂਲਤ ਉਹਦੇ 'ਤੇ ਅਵੇਲੇਬਲ ਆ, ਔਰ ਅੱਜ ਕੱਲ੍ਹ ਜ਼ਮਾਨਾ ਵੀ ਹਾਈਟੈਕ ਜ਼ਮਾਨਾ ਆ, ਹਰ ਬੰਦੇ ਦੇ ਹੱਥ ਦੇ ਵਿੱਚ ਫੋਨ ਨਹੀਂ ਕੰਪਿਊਟਰ ਹੀ ਮੈਂ ਸਮਝਦਾ ਹੈਗਾ, ਔਰ ਉਹ ਜਾਣਕਾਰੀ ਜਿੱਥੇ ਮਰਜ਼ੀ ਵਰਲਡ 'ਚ ਬੈਠਾ ਲੈ ਸਕਦਾ, ਔਰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ, ਕੋਈ ਟੀਮਾਂ ਪ੍ਰਸ਼ਾਸਨ ਸਾਡੇ ਨੇ ਲਾਤੀਆਂ, ਔਰ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਉਹਦੇ ਵਿੱਚ ਹੋਊਗੀ, ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੁੰਦੀ। ਜੇ ਗੱਲ ਕਰੀਏ ਕਿਸ ਤਰ੍ਹਾਂ ਇਹਨੂੰ ਇੰਸਟਾਲ ਕੀਤਾ ਜਾ ਸਕਦਾ ਹੈ, ਗੂਗਲ ਪਲੇ 'ਤੇ ਹੈ, ਐਂਡਰਾਇਡ 'ਤੇ ਹੈ, ਐਪਲ 'ਤੇ ਹੈ, ਬਾਹਰ ਬੈਠੇ ਲੋਕਾਂ ਨੂੰ ਕੀ ਸੰਦੇਸ਼ ਹੈ ਸਰਕਾਰ ਦਾ, ਕਿਸ ਤਰ੍ਹਾਂ ਯੂਜ਼ ਕਰਨਾ? ਇਹ ਐਪਲ 'ਤੇ 2-4 ਦਿਨ 'ਚ ਚੱਲ ਜਾਣਾ, ਔਰ ਐਂਡਰਾਇਡ 'ਤੇ ਬਾਕੀ ਸਾਰਿਆਂ 'ਤੇ ਇਹ ਜਦੋਂ ਮਰਜ਼ੀ ਅਵੇਲੇਬਲ ਹੈ, ਤੁਸੀਂ ਖੋਲ੍ਹ ਕੇ ਦੇਖ ਸਕਦੇ ਹਾਂ। ਔਰ ਉਹਦੇ ਵਿੱਚ ਆਪਣਾ ਇਹਦੇ 'ਚ ਇਹ ਆ ਵੀ ਜੇ ਸਿਗਨਲ ਇੱਕ ਵਾਰੀ ਐਪ ਡਾਊਨਲੋਡ ਹੋ ਗਈ ਨਾ ਹੋ ਜਾਣੀ ਨਾਲ ਹੀ ਜਦੋਂ ਤੁਸੀਂ ਕਲਿੱਕ ਕਰੋਗੇ, ਉਸ ਤੋਂ ਬਾਅਦ ਕਈ ਵਾਰੀ ਸਿਗਨਲ ਇੱਥੇ ਆ ਕੇ ਨਹੀਂ ਵੀ ਆਉਂਦੇ ਤਾਂ ਉਹ ਤੁਹਾਡੇ ਉੱਦਾਂ ਹੀ ਫੋਨ 'ਤੇ ਖੁੱਲੂਗੀ, ਕੋਈ ਤਕਲੀਫ ਨਹੀਂ ਹੋਊਗੀ ਇਸ ਦਾ। ਵਿਦੇਸ਼ਾਂ 'ਚ ਬੈਠੀ ਸੰਗਤ ਲਈ ਹੈਲਪਫੁਲ ਹੈ? ਬਿਲਕੁਲ ਜੀ, ਜਿਹੜੇ ਸਾਡੇ NRI ਵੀਰ ਆ, ਬਹੁਤ ਉਹਨਾਂ ਦੀ ਸਪੋਰਟ ਰਹਿੰਦੀ ਹੈ ਪੰਜਾਬ ਨੂੰ ਖਾਸ ਕਰਕੇ, ਔਰ ਉਹ ਆ ਵੀ ਰਹੇ ਆ ਬਹੁਤ, ਔਰ ਉਹਨਾਂ ਨੂੰ ਇਹ ਸੀ ਇੱਕ ਸੁਲਤਾਨਪੁਰ ਛੋਟਾ ਸ਼ਹਿਰ ਆ, ਇਹਦੇ 'ਚ ਪ੍ਰਬੰਧ ਰਹਿਣ ਦੇ ਲੰਗਰ ਦੇ ਸਾਰੇ ਉਹ ਹੁਣ ਐਪ ਜ਼ਰੀਏ ਵੀ, ਔਰ ਉਹਨਾਂ ਦੇ ਰਿਸ਼ਤੇ ਦਾ ਰੈਲੇਟਿਵ ਵੀ ਹੁਣ ਆ ਕੇ ਦੇਖ ਰਿਹਾ, ਔਰ ਦੇਖ ਕੇ ਬੜੇ ਤਸੱਲੀ ਆ ਵੀ ਸਾਰੇ ਪ੍ਰਬੰਧ ਠੀਕ ਆ, ਔਰ ਹਰ ਦਾ ਜਿਹੜੇ NRI ਸਾਡੇ ਭਰਾ ਆ ਉਹ ਐਪ ਦੇ ਜ਼ਰੀਏ ਵੀ ਸਾਨੂੰ ਕਾਲ ਕਰਕੇ ਵੀ ਪ੍ਰਸ਼ਾਸਨ ਨੂੰ ਮਿਲ ਕੇ ਵੀ ਉਹ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇ। ਹੈਂ ਇਹ ਪ੍ਰਬੰਧ ਕਿੱਥੇ ਕਿਤੇ ਪਹੁੰਚ ਗਏ ਨੇ, CM ਸਾਹਿਬ ਦੇ ਆਉਣ ਦਾ ਕੀ ਅੰਦੇਸ਼ਾ ਹੈ, ਕਿ ਕਿਹੜੇ ਕਿਹੜੇ ਜਿਹੜੇ ਪ੍ਰੋਜੈਕਟ ਨੇ ਤੁਸੀਂ ਸਮਝਦੇ ਹੋ ਕਿ ਉਸ ਦਿਨ ਲੋਕਾਂ ਨੂੰ ਸਮਰਪਿਤ ਹੋ ਜਾਣਗੇ? ਉਸ ਦਿਨ ਸਰਕਾਰ ਨੇ ਜਿੰਨੇ ਵੀ ਪ੍ਰੋਜੈਕਟ ਸ਼ੁਰੂ ਕੀਤੇ ਆ, ਡੀ ਸਾਹਿਬ ਨੇ ਮੇਰੇ ਦੱਸਿਆ ਹੋਣਾ 1-2 ਪ੍ਰੋਜੈਕਟ ਹੀ ਸ਼ਾਇਦ ਕਿਤੇ ਰਹਿ ਜਾਣ ਸਾਰੇ ਜਿਹੜੇ 23 ਤੱਕ। ਕਦੋਂ ਆ ਰਹੇ? 23 ਨੂੰ ਉਮੀਦ ਆ CM ਸਾਹਿਬ ਦੀ ਜਿਹੜੀ ਆ ਨਾ ਆ ਕੇ ਉਹ ਸਾਰੇ ਪ੍ਰੋਜੈਕਟ ਨੂੰ ਜਿਹੜਾ ਦੇਖਣਗੇ, ਔਰ ਉਹਨਾਂ ਦਾ ਉਦਘਾਟਨ ਕਰਨਗੇ, ਔਰ ਲੋਕਾਂ ਨੂੰ ਸਮਰਪਿਤ ਕਰਨਗੇ। ਸਾਡੇ ਪੋਲੇ ਆ, ਦੇਖੋ ਜਿਹੜਾ ਟੈਂਟ ਸਿਟੀਆਂ ਆ, ਬੱਸ ਸਟੈਂਡ ਆ, ਗੁਰੂ ਨਾਨਕ ਨਗਰ ਜਿਹੜਾ ਨਾਂ ਰੱਖਿਆ ਆ, ਔਰ ਜਿੰਨੇ ਵੀ ਸਾਡੇ ਜਿਹੜੇ ਚਾਹੇ ਫੁੱਟਬ੍ਰਿਜ ਹੋਣ, ਚਾਹੇ ਰੇਲਿੰਗ ਹੋਵੇ ਬਈ ਦੇ ਉੱਤੇ, ਡੇਰਾ ਬਾਬਾ ਨਾਨਕ ਜਿਹੜਾ ਉਹ ਗੁਰੂ ਨਾਨਕ ਜਿਹੜੀਆਂ ਉਹ ਇੱਦਾਂ ਜਿਹੜੇ 3 ਟੈਂਟ ਸਿਟੀ ਇੱਥੋਂ ਦੇ ਨੇ, ਉਹਨਾਂ ਦਾ ਨਾਮ ਗੁਰੂ ਨਾਨਕ ਨਗਰ 1, ਗੁਰੂ ਨਾਨਕ ਨਗਰ 2, ਗੁਰੂ ਨਾਨਕ ਨਗਰ 3 ਹੈ। ਜਿਹੜਾ ਡੇਰਾ ਬਾਬਾ ਨਾਨਕ ਦੀ ਟੈਂਟ ਸਿਟੀ ਉਹਦਾ ਨਾਮ ਇਕੱਲਾ ਗੁਰੂ ਨਾਨਕ, ਸੜਕ ਜਿਹੜੀ ਸੜਕ ਉੱਤੇ ਡਿੰਪੇ ਨਾਲ ਦੱਸ ਕੇ ਉਹਦਾ ਨਾਂ ਰੱਖਣਗੇ ਜਿਹੜਾ ਗੁਰੂ ਸਾਹਿਬ ਦੇ ਨਾਂ ਤੇ ਗੁਰੂ ਨਾਨਕ ਮਾਰਗ, ਉਹ ਵੀ ਸ਼ੁਰੂਆਤ ਜਿਹੜੀ ਆ ਉਹ 23 ਨੂੰ ਆ ਕੇ ਜਿਹੜੇ ਕਰਨ। ਆਖਰੀ ਸਵਾਲ ਹੈ ਜੀ, ਕੱਲ੍ਹ ਬਹੁਤ ਇੱਧਰੋਂ ਉੱਧਰੋਂ SGPC ਸਰਕਾਰ ਦੇ ਵਿੱਚ ਕਾਫੀ ਸਵਾਲ ਜਵਾਬ ਹੋਏ ਨੇ, ਅੱਜ ਦੀ ਪੋਜੀਸ਼ਨ ਕੀ ਹੈ, ਕਿੱਥੇ ਗੱਲ ਸਾਂਝੇ ਵੱਲ ਤਾਲ ਚੱਲੀ ਹੈ? ਬਿਲਕੁਲ ਜੀ, ਅੱਜ ਬੜਾ ਖੁਸ਼ੀ ਹੋਈ ਸੁਣ ਕੇ ਜਦੋਂ ਪਤਾ ਲੱਗਾ, ਮੰਤਰੀ ਸਾਹਿਬ ਨਾਲ ਗੱਲ ਵੀ ਹੋਈ, ਵੀ CM ਸਾਹਿਬ ਦੀ ਵੀ ਗੱਲ ਜਥੇਦਾਰ ਸਾਹਿਬ ਨਾਲ, ਸਾਡੇ ਜਿਹੜੇ ਕਾਲ ਤਖਤ ਦੇ ਜਥੇਦਾਰ ਸਾਹਿਬ ਨਾਲ ਹੋਈ ਹੈ, ਔਰ ਮਨ ਨੂੰ ਤਸੱਲੀ ਹੋਈ ਆ ਵੀ ਜਦੋਂ ਜਥੇਦਾਰ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਨੇ, ਸਰਕਾਰ ਨੇ ਕਿਹਾ ਵੀ ਸਾਨੂੰ ਅਕਾਲ ਤਖਤ ਸਰਵਉੱਚ ਆ, ਜੋ ਵੀ ਉਹਦਾ ਫੈਸਲਾ ਹੁਕਮ ਆ ਜਥੇਦਾਰ ਦਾ ਉਹ ਮੰਨਣਗੇ, ਔਰ ਉਹਨਾਂ ਨੂੰ ਜਿਹੜਾ ਸਾਰਾ ਦੱਸਤਾ ਵੀ ਜਿਹੜੀ ਪੰਡਾਲ ਲੱਗ ਚੁੱਕਾ ਆ, ਔਰ ਆਪਾਂ ਪੈਸੇ ਦੂਸਰੇ ਜਿਹੜੇ ਵੇਸਟ ਨਾ ਕਰੀਏ, ਇਹ ਜਥੇਦਾਰ ਸਾਹਿਬ 21 ਨੂੰ ਉਹਦੀ ਹੈਗੀ ਮੀਟਿੰਗ, ਔਰ ਕਹਿ ਦਿੱਤਾ ਵੀ 21 ਸਟੇਜ ਲੱਗੂਗੀ, ਕੋਈ ਦੂਜੀ ਸਟੇਜ ਨਹੀਂ ਲੱਗੂਗੀ, ਔਰ ਇਹ ਬੜਾ ਵੱਡਾ ਟੈਨਸ਼ਨ ਸੀ ਜਿਹੜੀ ਬਗੈਰ ਮਤਲਬ ਤੋਂ ਸਾਰੀ ਦੁਨੀਆ ਦੇ ਵਰਲਡ ਦੇ ਵਿੱਚ ਬੈਠੇ ਜਿਹੜੇ ਸਾਡੇ ਪੰਜਾਬੀ ਦੇਖ ਰਹੇ ਸੀ, ਔਰ ਇਹ ਚੀਜ਼ ਖਤਮ ਹੋਈ ਆ, ਔਰ ਅੱਜ ਤੋਂ ਬਾਅਦ ਕੋਈ ਬਿਆਨ ਇੱਕ ਦੂਜੇ ਦੇ ਨਹੀਂ ਖਿਲਾਫ਼, ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਫੈਸਲਾ ਵਧੀਆ ਕਰਨਗੇ, ਔਰ ਉਹ ਸਾਨੂੰ ਸਾਰਿਆਂ ਨੂੰ ਉਹਦਾ ਮੰਨਣਾ। ਸਟੇਜ ਜਿਹੜੀ ਲੱਗ ਚੁੱਕੀ ਜਿਹੜੀ ਹੁਣ ਤੱਕ, ਔਰ ਦੂਸਰੇ ਬੰਨੇ 'ਤੇ ਅੱਜ ਦੇਖੀਏ ਕੋਈ ਪੋਲ ਤੱਕ ਨਹੀਂ ਲੱਗਾ, ਉਹ ਤਾਂ ਸਟੇਜ ਪੰਡਾਲ ਜਿਹੜਾ ਉਹ ਇੱਕ ਸਰਕਾਰ ਦਾ ਨਹੀਂ, ਉਹ ਤਾਂ ਸਾਰੇ ਲੋਕਾਂ ਦਾ ਪੰਡਾਲ ਹੈ, ਕਿਹੜਾ ਕੋਈ ਕਿਸੇ ਨੇ ਪਾਰਟੀ ਦਾ ਜਾਂ ਕੋਈ ਕਿਸੇ ਨੇ ਕਰਨਾ ਹੈ, ਅਤੇ ਸਾਰਿਆਂ ਦਾ ਹੀ ਸਾਂਝਾ, ਉਹਨਾਂ ਦਾ ਵੀ ਸਾਰਿਆਂ ਦਾ ਸਾਂਝਾ। ਕੁਝ ਇਸ ਤਰ੍ਹਾਂ ਹੈ ਕਿ ਜਿਹੜੀ ਇਹ ਐਪ ਹੈ ਪੰਜਾਬ ਸਰਕਾਰ ਤੋਂ ਵੈਟ ਕਰਾ ਕੇ, ਔਰ ਇੱਕ ਤਾਂ ਪੰਜਾਬ ਸਰਕਾਰ ਵੱਲੋਂ ਦਿੱਲੀ ਵਿਖੇ ਐਪ ਲਾਂਚ ਹੋਈ ਸੀ, ਜਿਹਦੇ ਵਿੱਚ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਦੀਆਂ ਸਾਰੀਆਂ ਜੀਵਨੀਆਂ ਟੀਚਿੰਗਸ ਬਾਰੇ ਜੋ ਪੰਜਾਬ ਸਰਕਾਰ ਦੇ ਉਪਰਾਲੇ ਨੇ,
ਦੂਸਰੀ ਇਹਦੇ ਨਾਲ ਅਸੀਂ ਇੰਟਰਲਿੰਕ ਕਰਤੀ ਹੈ ਤਾਂ ਜੋ ਕਿਸੇ ਨੂੰ ਕੋਈ ਕਨਫਿਊਜ਼ਨ ਨਾ ਹੋਵੇ। ਇਸ ਐਪ ਦਾ ਨਾਮ ਹੈ ਪ੍ਰਕਾਸ਼ ਉਤਸਵ 550। ਔਰ ਦੇਖੋ ਮੇਨ ਮੰਤਵ ਕੀ ਹੈ, ਮੇਨ ਸਾਡਾ ਉਦੇਸ਼ ਹੈ ਕਿ ਜੋ ਗੁਰੂ ਘਰ ਦਾ ਗੁਰੂ ਘਰ ਵਿੱਚ ਆਸ਼ੀਰਵਾਦ ਲੈਣ ਸੰਗਤ ਆਉਂਦੀ ਹੈ ਉਹਨੂੰ ਕਿਸੇ ਟਾਈਪ ਦੀ ਮੁਸ਼ਕਲ ਕੋਈ ਨਾ ਰਹੇ। ਸੋ ਉਹਦੇ ਵਿੱਚ ਅੱਜ ਕੱਲ੍ਹ ਹਰ ਇੱਕ ਕੋਲ ਮੋਬਾਈਲ ਹੈਗਾ। ਇਹਦੇ ਵਿੱਚ ਦੋ ਉਦੇਸ਼ ਨੇ। ਪਹਿਲਾ ਉਦੇਸ਼ ਹੈ ਕਿ ਲੈਟ ਅਸ ਬੰਦਾ ਅੰਮ੍ਰਿਤਸਰ ਬੱਸ ਸਟੈਂਡ ਜਾਂ ਤੋਂ ਉਤਰਦਾ, ਉਹਨੇ ਸੁਲਤਾਨਪੁਰ ਲੋਧੀ ਜਾਣਾ, ਕਿਹੜੀ ਬੱਸ 'ਤੇ ਜਾਣਾ, ਕਿਹੜੀ ਪਾਰਕਿੰਗ 'ਤੇ ਉਤਰੇਗਾ, ਪਾਰਕਿੰਗ ਤਲਵੰਡੀ ਚੌਧਰੀ ਉਤਰੇ ਕਿ ਕਪੂਰਥਲਾ ਸਾਈਡ 'ਤੇ ਉਤਰੇ ਕਿ ਲੋਹੀਆਂ ਵਾਲੇ ਪਾਸੇ ਆਵੇ, ਗੁਰਦੁਆਰਾ ਸਾਹਿਬ ਬੇਰ ਸਾਹਿਬ ਕਿਹੜੇ ਪਾਸਿਓਂ, ਰਸਤਾ ਰੂਟ ਕਿਹੜਾ ਹੈਗਾ, ਫਿਰ ਰਸਤੇ 'ਚ ਉਹਦੀ ਕੋਈ ਗੱਡੀ ਖਰਾਬ ਹੋ ਜਾਂਦੀ ਹੈ, ਉਹ ਗੱਡੀ ਵਾਸਤੇ ਮਕੈਨਿਕ ਕਿੱਥੇ ਮਿਲੇਗਾ, ਰਿਕਵਰੀ ਵੈਨ ਕਿਹੜੀ ਹੈ, ਫਿਰ ਉਹਨੇ ਕੋਈ ਰੱਬ ਨਾ ਕਰੇ ਉਹਨੂੰ ਕੋਈ ਤਕਲੀਫ ਹੋ ਜਾਂਦੀ ਹੈ, ਹਸਪਤਾਲ ਜਾਣਾ ਪੈਂਦਾ, ਹਸਪਤਾਲ ਕਿੱਥੇ ਨੇੜੇ ਹੈਗਾ, ਫਿਰ ਲੰਗਰ ਪੁਆਇੰਟ ਕਿਹੜੇ ਨੇ, ਨੇੜੇ ਕਿਹੜੇ ਲੰਗਰ ਪੁਆਇੰਟ ਨੇ। ਘੱਟੋ ਘੱਟ ਗਿਣਤੀ ਤੌਰ 'ਤੇ ਸ਼ਹਿਰ ਵਿੱਚ ਹੀ 37-38 ਲੰਗਰ ਨੇ, ਬਾਹਰ ਦੀ ਤਾਂ ਗਿਣਤੀ ਕੋਈ ਨਹੀਂ ਹੈ। ਸੋ ਉਹਨੂੰ ਲੰਗਰ ਪੁਆਇੰਟ ਆ ਜਾਏਗਾ, ਫਿਰ ਸਾਈਨ ਬੋਰਡਸ ਨੇ, ਫਿਰ ਉੱਥੇ ਟੋਇਲਟਸ ਕਿੱਥੇ ਨੇ, ਫਿਰ ਉੱਥੇ ਕੋਈ ਕੰਟਰੋਲ ਰੂਮ ਕਿੱਥੇ ਨੇ, ਕਿੱਥੇ ਪੁਲਿਸ ਦਾ ਕਿੱਥੇ ਹੈ, ਡਿਊਟੀ ਮਿਨਿਸਟਰ ਕਿੱਥੇ ਹੈ, ਕੋਈ ਫਾਇਰ ਵਾਲੇ ਕਿੱਥੇ ਨੇ। ਸੋ ਉਹਦੇ 'ਚ ਕੋਈ ਬੱਚਾ ਗੁੰਮ ਜਾਂਦਾ ਹੈ, ਲੋਸਟ ਐਂਡ ਫਾਊਂਡ ਹੈ, ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਦੇ 'ਚ ਐਪ ਵਿੱਚ ਕਲੀਅਰ ਮੈਂਸ਼ਨ ਦਿੱਤਾ ਜਾਏਗਾ ਔਰ ਉਹਨੂੰ ਪਤਾ ਲੱਗ ਜਾਏਗਾ। ਸੋ ਇਹ ਇੱਕ ਪਿਲੀਗ੍ਰਮ ਫਰੈਂਡਲੀ ਐਪ ਹੈਗੀ ਹੈ। ਦੂਸਰਾ ਇਹਦਾ ਪੁਆਇੰਟ ਹੈਗਾ ਕਿ ਇਹ 'ਚ ਮੁਲਾਜ਼ਮਾਂ ਦੀ ਜਿਹੜੀ ਹੈਗੀ ਹੈ, ਜਿਵੇਂ ਕਿਉਂਕਿ ਅਸੀਂ ਸਾਰੇ ਆਪਣਾ ਸ਼ਹਿਰ ਨੂੰ 11-4-15 ਸੈਕਟਰ 'ਚ ਵੰਡਿਆ। 15 ਸੈਕਟਰ ਦਾ ਮਤਲਬ ਹੈ ਕਿ 15 ਸੈਕਟਰ ਲੈਟ ਅਸੀਂ 2 ਨੰਬਰ ਸੈਕਟਰ ਹੈ, 2 ਨੰਬਰ ਸੈਕਟਰ 'ਚ ਪੁਲਿਸ ਵਾਲਾ ਕੌਣ ਬੰਦਾ ਬੈਠਾ ਔਰ ਡਿਊਟੀ ਮਜਿਸਟਰੇਟ ਕੌਣ ਹੈਗਾ, ਮੁਲਾਜ਼ਮਾਂ ਦਾ ਨਾਮ, ਉਹਦਾ ਮੋਬਾਈਲ ਨੰਬਰ, ਸਫਾਈ ਕਰਮਚਾਰੀ ਕੌਣ ਹੈ, ਕਿੱਥੇ ਬੈਠਾ, ਉਹ ਡਿਊਟੀ 'ਤੇ ਆਇਆ ਨਹੀਂ ਆਇਆ, ਹਰ ਤੱਕ ਮੋਬਾਈਲ GPS ਨਾਲ ਟਰੈਕ ਹੈ ਉਹਦੀ ਹਾਜ਼ਰੀ, ਉਹਨੇ ਘਰ ਬੈਠ ਕੇ ਨਹੀਂ ਕਿ ਮੈਂ ਘਰ ਬੈਠਾ ਸੀ ਅਤੇ ਇੱਥੇ ਲੱਗੀ, ਉਹਦੀ ਹਾਜ਼ਰੀ ਮੋਬਾਈਲ ਐਪ ਨਾਲ ਲੱਗਣੀ ਹੈ, ਪਤਾ ਲੱਗ ਜੂਗਾ ਉਹਦੀ ਲੋਕੇਸ਼ਨ ਨਾਲ ਕਿ ਉਹ ਡਿਊਟੀ ਨਿਭਾ ਰਿਹਾ ਕਿ ਨਹੀਂ ਨਿਭਾ ਰਿਹਾ। ਸੁਲਤਾਨਪੁਰ ਲੋਧੀ ਤੋਂ ਇੰਦਰਜੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV NRI।